ਸਾਡਾ ਪ੍ਰੋਜੈਕਟ ਹੈਗਾ ਇਹ ਕੀ ਕਰਦਾ ਕਿ ਜਿਵੇਂ ਅਸੀਂ ਫਿਊਲ ਸਟੇਸ਼ਨ 'ਤੇ ਜਾਂਦੇ ਹਾਂ ਅਤੇ ਫਿਊਲ ਪੰਪ 'ਤੇ ਜਾਂਦੇ ਹਾਂ, ਆਪਾਂ ਨੂੰ ਪਤਾ ਨਹੀਂ ਲੱਗਦਾ ਉਹ ਕਿੰਨਾ ਤੇਲ ਪਾ ਰਿਹਾ ਹੈਗਾ, ਫਿਊਲ ਜਿੰਨਾ ਜਾ ਰਿਹਾ ਹੈਗਾ ਆਪਣੇ ਫੋਨ 'ਤੇ ਨੋਟੀਫਿਕੇਸ਼ਨ ਮਤਲਬ ਆਪਣੇ ਫਿਊਲ 'ਤੇ ਆਪਣੇ ਫੋਨ 'ਤੇ ਆਪਣੀ ਜਿਹੜਾ ਡਾਟਾ ਹੋਏਗਾ ਨੰਬਰਾਂ ਵਿੱਚ ਸ਼ੋ ਹੋ ਜਾਇਆ ਕਰੇਗਾ। ਲੋਕ ਕੁਛ ਲੋਕ ਕੀ ਕਰਦੇ, ਚੋਰ ਜਿਹੜੇ ਹੁੰਦੇ ਨੇ ਇੱਕ ਪਾਈਪ ਕਰਦੇ ਨੇ ਟੈਂਕ ਦੇ ਥੱਲੇ ਲੱਗੀ ਹੁੰਦੀ ਜਿਹੜੇ ਇੰਜਨ ਤੱਕ ਫਿਊਲ ਜਾਂਦਾ, ਜਦੋਂ ਉਹ ਕੱਢ ਕੇ ਕੀ ਹੁੰਦਾ ਇੱਕ ਨਾ ਤੇਲ ਨਿਕਲਦਾ ਬੜੇ, ਪਰ ਉਹ ਬੜੇ ਆਰਾਮ ਆਰਾਮ ਨਾਲ ਨਿਕਲਦਾ, ਉਹਦੇ ਨਾਲ ਕੀ ਹੋਏਗਾ ਫਲੋ ਰੇਟ ਜਿਹੜਾ ਹੋਏਗਾ 5 ਤੋਂ ਵੱਧ ਜਾਏਗਾ, ਜਿਹਨਾਂ ਆਪਣੇ ਫੋਨ 'ਤੇ ਨੋਟੀਫਿਕੇਸ਼ਨ ਆ ਜਾਏਗਾ। ਮੈਂ 16 ਸਾਲ ਦੀ ਉਮਰ ਦੇ ਵਿੱਚ ਇੱਕ ਨੌਜਵਾਨ ਨੇ ਅਜਿਹੀ ਕਾਢ ਕੱਢੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਫਿਰੋਜ਼ਪੁਰ ਦੇ ਰਹਿਣ ਵਾਲੇ 16 ਸਾਲ ਦੀ ਹਰਕੀਰਤ ਸਿੰਘ ਨੇ ਇੱਕ ਐਸਾ ਡਿਵਾਈਸ ਬਣਾਇਆ ਹੈ ਜੋ ਕਿ ਤੁਹਾਡੀ ਟੈਂਕੀ ਦੇ ਪੈਟਰੋਲ ਤੇ ਡੀਜ਼ਲ ਦੀ ਜਾਣਕਾਰੀ ਦੇਗਾ। ਜੇਕਰ ਉਹ ਚੋਰੀ ਹੁੰਦਾ ਹੈ ਤਾਂ ਵੀ ਤੁਹਾਨੂੰ ਨੋਟੀਫਿਕੇਸ਼ਨ ਆਏਗਾ, ਉਹ ਵੀ ਤੁਹਾਡੇ ਮੋਬਾਈਲ ਤੇ। ਜੀ ਹਾਂ, ਪੰਜਾਬ ਦੇ ਹੀ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ 10ਵੀਂ ਜਮਾਤ 'ਚ ਪੜ੍ਹਨ ਵਾਲੇ 16 ਸਾਲ ਦੇ ਹਰਕੀਰਤ ਸਿੰਘ ਨੇ ਇੱਕ ਕਮਾਲ ਕਰਕੇ ਦਿਖਾਇਆ ਹੈ, ਜਿਸ ਨੇ ਇੱਕ ਅਜਿਹੀ ਡਿਵਾਈਸ ਤਿਆਰ ਕੀਤੀ ਹੈ ਜੋ ਤੁਹਾਡੀ ਟੈਂਕੀ ਦੇ ਵਿੱਚ ਤੇਲ ਤੇ ਡੀਜ਼ਲ ਦੀ ਜਾਣਕਾਰੀ ਦੇਗੀ ਕਿ ਕਿੰਨਾ ਤੇਲ ਹੈ ਕਿੰਨਾ ਡੀਜ਼ਲ ਹੈ। ਇੱਥੋਂ ਤੱਕ ਕਿ ਕੋਈ ਤੁਹਾਡੀ ਸਕੂਟੀ ਜਾਂ ਬਾਈਕ ਤੇ ਟੈਂਕੀ ਦੇ ਵਿੱਚੋਂ ਪੈਟਰੋਲ ਚੋਰੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੀ ਜਾਣਕਾਰੀ ਵੀ ਤੁਹਾਨੂੰ ਮੋਬਾਈਲ ਤੇ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਮਿਲ ਜਾਏਗੀ, ਜਿਸ ਦੇ ਨਾਲ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਤੁਹਾਡੀ ਪੈਟਰੋਲ ਡੀਜ਼ਲ ਦੀ ਚੋਰੀ ਹੋ ਰਹੀ ਹੈ। ਇੱਥੋਂ ਤੱਕ ਕਿ ਇਸ ਡਿਵਾਈਸ ਦੇ ਨਾਲ ਪੈਟਰੋਲ ਪੰਪਾਂ ਤੇ ਹੋਣ ਵਾਲੀ ਧਾਂਦਲੀ, ਜਿਹਦੇ ਵਿੱਚ ਪੈਟਰੋਲ ਜਿੰਨੇ ਦਾ ਪਵਾਇਆ ਜਾਂਦਾ ਹੈ ਉਹਨਾਂ ਨਾ ਪਵੇ, ਘੱਟ ਹੋਣ ਦਾ ਸ਼ੱਕ ਹੋਵੇ, ਤਾਂ ਅਜਿਹੀ ਧਾਂਦਲੀ ਵੀ ਫੜੀ ਜਾ ਸਕਦੀ ਹੈ। ਦਰਅਸਲ ਹਰਕੀਰਤ ਨੂੰ ਵੀ ਇਹ ਖਿਆਲ ਉੱਥੋਂ ਹੀ ਆਇਆ ਜਦੋਂ ਉਹਨੇ 2 ਸਾਲ ਪਹਿਲਾਂ ਆਪਣੇ ਬਾਈਕ ਦੇ ਵਿੱਚ ਪੈਟਰੋਲ ਪਵਾਇਆ ਤਾਂ ਉਸਨੂੰ ਸ਼ੱਕ ਹੋਇਆ ਕਿ ਟੈਂਕੀ 'ਚ ਤੇਲ ਘੱਟ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਸਦੇ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਅਜਿਹੀ ਡਿਵਾਈਸ ਦਾ ਆਵਿਸ਼ਕਾਰ ਕਰਨਾ ਚਾਹੀਦਾ ਹੈ ਤੇ ਉਸਨੇ ਪੂਰਾ 1 ਸਾਲ ਲਗਾ ਕੇ ਇਹ ਪ੍ਰੋਜੈਕਟ ਤਿਆਰ ਕੀਤਾ ਤੇ ਬਿਲਕੁਲ ਸਫਲ ਵੀ ਰਿਹਾ। ਹਰਕੀਰਤ ਦੇ ਇਸ ਪ੍ਰੋਜੈਕਟ ਨੂੰ ਜ਼ਿਲ੍ਹਾ ਤੇ ਸਟੇਟ ਦੇ ਵਿੱਚ ਚੁਣੇ ਜਾਣ ਤੋਂ ਬਾਅਦ ਨੈਸ਼ਨਲ ਪੱਧਰ ਤੇ ਵੀ ਇਸ ਦੀ ਐਗਜ਼ੀਬਿਸ਼ਨ ਦੇ ਵਿੱਚ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹਰਕੀਰਤ ਵੀ ਬੇਹੱਦ ਖੁਸ਼ ਹੈ ਤੇ ਉਸਦੇ ਟੀਚਰ ਜਿਸਨੇ ਉਸਦਾ ਸਾਥ ਦਿੱਤਾ ਉਹਨਾਂ ਨੇ ਵੀ ਕਿਹਾ ਹੈ ਕਿ ਉਹਨਾਂ ਨੂੰ ਹਰਕੀਰਤ ਦੀ ਇਸ ਉਪਲਬਧੀ ਤੇ ਮਾਣ ਹੈ। ਹੁਣ ਇਹ ਡਿਵਾਈਸ ਕੀ ਹੈ ਤੇ ਕਿਵੇਂ ਕੰਮ ਕਰਦੀ ਹੈ, ਕਿਵੇਂ ਤੁਹਾਡੇ ਮੋਬਾਈਲ ਨਾਲ ਅਟੈਚ ਹੁੰਦੀ ਹੈ, ਉਹ ਤੁਸੀਂ ਆਪ ਹੀ ਦੇਖ ਲਓ। ਮੇਰਾ ਆਈਡੀਆ ਇੰਸਪਾਇਰ ਮਾਨਕ ਅਵਾਰਡ ਵਿੱਚ ਸਿਲੈਕਟ ਹੋਇਆ ਹੈ। ਬੇਸਿਕਲੀ ਇਹਦੇ ਵਿੱਚ 3 ਸਟੇਟ ਸੀਗੇ, ਇੱਕ ਡਿਸਟ੍ਰਿਕਟ ਮੈਂ ਕਲੀਅਰ ਕਰ ਚੁੱਕਿਆ ਹਾਂ ਜਿਹੜਾ ਮੋਗਾ ਹੋਇਆ ਸੀਗਾ, ਉਹਦੇ ਬਾਅਦ ਸਟੇਟ ਮੈਂ ਲੁਧਿਆਣੇ ਗਿਆ ਸੀ, ਉੱਥੇ ਵੀ ਸਿਲੈਕਟ ਹੋ ਗਿਆ ਹੋਇਆ। ਹੁਣ ਅਸੀਂ ਨੈਸ਼ਨਲ ਵਾਸਤੇ ਸਿਲੈਕਟ ਹੋਏ ਹਾਂ, ਜਿਸ ਵਾਸਤੇ ਅਸੀਂ ਦਿੱਲੀ ਜਾਣਾ ਹੈਗਾ। ਹੁਣ ਇਹ ਜਿਹੜਾ ਪ੍ਰੋਜੈਕਟ ਹੈਗਾ ਇਹ ਕੀ ਕਰਦਾ ਕਿ ਜਿਵੇਂ ਅਸੀਂ ਫਿਊਲ ਸਟੇਸ਼ਨ 'ਤੇ ਜਾਂਦੇ ਹਾਂ ਅਤੇ ਫਿਊਲ ਪੰਪ 'ਤੇ ਜਾਂਦੇ ਹਾਂ, ਆਪਾਂ ਨੂੰ ਪਤਾ ਨਹੀਂ ਲੱਗਦਾ ਉਹ ਕਿੰਨਾ ਤੇਲ ਪਾ ਰਿਹਾ ਹੈਗਾ, ਆਪਾਂ ਨੂੰ ਇਹ ਤਾਂ ਨਹੀਂ ਪਤਾ ਲੱਗ ਫਿਊਲ ਪੈ ਰਿਹਾ ਆਪਾਂ ਨੂੰ ਇਹ ਪਤਾ ਲੱਗਦਾ ਪਿਆ, ਪਰ ਆਪਾਂ ਨੂੰ ਨੰਬਰਾਂ ਵਿੱਚ ਕਦੇ ਨਿਊਮੈਰੀਕਲ ਵੈਲਿਊ ਨਹੀਂ ਪਤਾ ਲੱਗਦੀ ਹੈ। ਕੀ ਪਤਾ ਉਹਨੇ ਆਪਣੀ ਮਸ਼ੀਨਾਂ ਛੇੜਛਾੜ ਕੀਤੀ ਹੋਵੇ ਅਤੇ ਆਪਾਂ ਨੂੰ ਉਹਨੇ ਘੱਟ ਫਿਊਲ ਪਾਇਆ ਹੋਵੇ, ਪਰ ਆਪਾਂ ਨੂੰ ਦਿਖਾ ਰਿਹਾ ਪੂਰਾ 1 ਲੀਟਰ ਜਾਂ 2 ਲੀਟਰ ਜਾਂ 5 ਲੀਟਰ ਫਿਊਲ ਪਿਆ ਹੈਗਾ। ਉਹਨੂੰ ਬਚਾਉਣ ਵਾਸਤੇ ਅਸੀਂ ਉੱਤੇ ਇੱਕ ਸੈਂਸਰ ਲਗਾਇਆ ਜਿਹਦੇ ਨਾਲ ਕੀ ਹੋਏਗਾ ਫਿਊਲ ਜਿੰਨਾ ਜਾ ਰਿਹਾ ਹੈਗਾ ਆਪਣੇ ਫੋਨ 'ਤੇ ਨੋਟੀਫਿਕੇਸ਼ਨ ਮਤਲਬ ਆਪਣੇ ਫਿਊਲ 'ਤੇ ਆਪਣੇ ਫੋਨ 'ਤੇ ਆਪਣੀ ਜਿਹੜਾ ਡਾਟਾ ਹੋਏਗਾ ਨੰਬਰਾਂ ਵਿੱਚ ਸ਼ੋ ਹੋ ਜਾਇਆ ਕਰੇਗਾ। ਦੂਜੀ ਚੀਜ਼ ਹੈਗੀ ਆਪਾਂ ਬਾਈਕ ਆਪਣੀ ਐਕਟੀਵਾ ਖਿਲਾਰ ਕੇ ਚੱਲ ਜਾਂਦੇ ਕਿਤੇ, ਆਪਾਂ ਨੂੰ ਪਤਾ ਨਹੀਂ ਲੱਗਦਾ। ਲੋਕ ਕੁਛ ਲੋਕ ਕੀ ਕਰਦੇ, ਚੋਰ ਜਿਹੜੇ ਹੁੰਦੇ ਨੇ ਇੱਕ ਪਾਈਪ ਕੱਢਦੇ ਨੇ ਟੈਂਕ ਦੇ ਥੱਲੇ ਲੱਗੀ ਹੁੰਦੀ ਜਿਹੜੇ ਇੰਜਨ ਤੱਕ ਫਿਊਲ ਜਾਂਦਾ, ਜਿੱਧਰੋਂ ਉਹ ਕੱਢ ਕੇ ਕੀ ਹੁੰਦਾ ਇੱਕ ਨਾ ਤੇਲ ਨਿਕਲਦਾ ਬੜੇ, ਪਰ ਉਹ ਬੜੇ ਆਰਾਮ ਆਰਾਮ ਨਾਲ ਨਿਕਲਦਾ, ਪਰ ਜਦੋਂ ਪਾਈਪ ਪੱਟਦੇ ਨੇ ਉਹਦੇ ਬਾਅਦ ਬੜੀ ਤੇਜ਼ ਸਪੀਡ 'ਚ ਨਿਕਲਦਾ ਫਿਊਲ, ਅਤੇ ਉਹਦੇ ਨਾਲ ਕੀ ਹੋਏਗਾ ਫਲੋ ਰੇਟ ਜਿਹੜਾ ਹੋਏਗਾ 5 ਤੋਂ ਵੱਧ ਜਾਏਗਾ, ਜਿਹਨਾਂ ਆਪਣੇ ਫੋਨ 'ਤੇ ਨੋਟੀਫਿਕੇਸ਼ਨ ਆ ਜਾਏਗਾ ਜੀ।
ਚੋਰੀ ਨੂੰ ਰੋਕਣ ਵਾਸਤੇ ਇਹ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਕਿ ਮੈਂ ਇਹ ਪ੍ਰੋਜੈਕਟ ਬਣਾਉਣਾ ਹੈਗਾ? ਪਹਿਲਾਂ ਤਾਂ ਮੈਂ ਸੋਚਿਆ ਸੀਗਾ ਕਿ ਇੱਕ ਵਾਰੀ ਮੈਂ ਫਿਊਲ ਭਰਵਾਉਣ ਗਿਆ ਸੀਗਾ, ਕੁਛ 700-800 ਦਾ ਤੇਲ ਭਰਵਾਉਣਾ ਸੀਗਾ। ਮੈਨੂੰ ਤਾਂ ਆਈਡੀਆ ਹੁੰਦਾ ਸੀ, ਮੈਂ ਹਰ ਵਾਰੀ ਮੈਂ ਹੀ ਭਰਵਾਉਂਦਾ ਸੀ, ਅਤੇ ਮੈਨੂੰ ਆਈਡੀਆ ਸੀਗਾ ਕਿ ਇੰਨਾ ਦਾ ਤੇਲ ਪੈਂਦਾ, ਇੰਨਾ ਦਿਨ ਚੱਲ ਜਾਂਦਾ ਐਵਰੇਜ, ਇੰਨਾ ਅਤੇ ਇੰਨਾ ਦਿਨ ਚੱਲਦਾ, ਅਤੇ ਇੰਨੀ ਮਤਲਬ ਇੰਨਾ ਫਰਕ ਆਉਂਦਾ, ਬਾਈਕ ਇੰਨੀ ਭਾਰੀ ਹੋ ਜਾਂਦੀ ਹੈ। ਪਰ ਉਸ ਦਿਨ ਕਿ ਹੋਇਆ, ਮੈਨੂੰ ਬਾਈਕ ਹਲਕੀ ਵੀ ਲੱਗੀ, ਅਤੇ ਕੁਝ ਦਿਨ ਘੱਟ ਚੱਲੀ, ਜਿਵੇਂ ਹੁਣ ਮੰਨ ਲਓ 1 ਮਹੀਨਾ ਚੱਲਣਾ ਹੋਵੇ ਉਹਨੇ ਮੰਨ ਲਓ, ਅਤੇ ਉਹ ਕੁਛ ਮਹੀਨੇ ਤੋਂ ਘੱਟ, ਕੁਛ ਤੁਸੀਂ ਮੰਨ ਕੇ ਚੱਲੋ 25 ਦਿਨ ਚੱਲੀ ਹੈ ਜਾਂ ਫਿਰ 20 ਦਿਨ ਚੱਲੀ ਹੈ, ਜਿਹੜਾ ਕਿ ਮੈਨੂੰ ਲੱਗਿਆ ਕਿ ਜਿਵੇਂ ਉਹਨੇ ਉਸ ਦਿਨ ਤੇਲ ਘੱਟ ਪਾਇਆ ਹੋਵੇ। ਤਾਂ ਮੇਰੇ ਦਿਮਾਗ 'ਚ ਆਇਆ ਕਿ ਮੈਂ ਪਹਿਲਾਂ ਇੱਕ ਫਿਊਲ ਵਾਲਾ ਬਣਾਉਣਾ ਕਿ ਮੈਨੂੰ ਪਤਾ ਲੱਗੇ ਨੰਬਰਾਂ ਵਿੱਚ ਕਿੰਨਾ ਫਿਊਲ ਪਾਇਆ, ਤਾਂ ਕਿ ਮੈਂ ਮੈਚ ਕਰ ਸਕਾਂ। ਜਿਹੜਾ ਦੂਜਾ ਫਿਊਲ ਚੋਰੀ ਵਾਲਾ ਹੈਗਾ ਕਿ ਕੋਈ ਆਪਾਂ ਬਾਈਕ ਵਾਲਾ ਖਿਲਾਰ ਕੇ ਜਾਂਦੇ ਹਾਂ, ਉਹ ਮੇਰੇ ਬਾਅਦ ਵਿੱਚ ਆਇਆ ਜੀ, ਮੈਂ ਤਾਂ ਕੰਮ ਕਰ ਰਿਹਾ ਸੀ, ਉਹਦੇ ਬਾਅਦ ਮੈਂ ਸੋਚਿਆ ਇਹਨੂੰ ਹੋਰ ਕਿਵੇਂ ਵਧਾਇਆ ਜਾ ਸਕੇ ਪ੍ਰੋਜੈਕਟ ਨੂੰ, ਤਾਂ ਕਰਕੇ ਮੈਂ ਅੱਗੇ ਆਈਡੀਆ ਐਡ ਕੀਤਾ। ਇਸ ਦੇ ਬਾਰੇ ਤੁਹਾਨੂੰ ਕਿੰਨੇ ਗਾਈਡ ਕੀਤਾ ਜਦੋਂ ਇਹ ਪ੍ਰੋਜੈਕਟ ਤੁਸੀਂ ਬਣਾਉਣਾ ਸ਼ੁਰੂ ਕੀਤਾ? ਪਹਿਲਾਂ ਤਾਂ ਆਈਡੀਆ ਆਇਆ, ਫਿਰ ਮੈਂ ਇਹਨੂੰ ਆਪਣੇ ਸਰ ਮੈਂਟਰ ਕੋਲ ਲਿਖਿਆ, ਉਮੇਸ਼ ਕੁਮਾਰ ਬਜਾਜ ਜੀ ਕੋ, ਉਹ ਸਾਡੇ ਮੈਂਟਰ ਨੇ ਏਟੀਐਲ ਦੇ ਇੱਥੇ ਕੋਆਰਡੀਨੇਟਰ ਨੇ, ਉਹਨਾਂ ਕੋਲ ਲਿਖਿਆ, ਉਹਨਾਂ ਨੇ ਮੇਰੀ ਹੈਲਪ ਕੀਤੀ, ਅਸੀਂ ਫਿਰ ਆਈਡੀਆ ਰਜਿਸਟਰ ਕੀਤਾ ਇੰਸਪਾਇਰ ਮਾਨਕ ਵਿੱਚ, ਇਹ ਫਿਰ ਸਿਲੈਕਟ ਹੋਇਆ। ਫਿਰ ਸਾਡਾ ਆਈਡੀਆ ਜਿਹੜਾ ਇਹ ਈਵੈਂਟ ਸੀਗਾ, ਇਹ ਮੋਗਾ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਡਿਸਟ੍ਰਿਕਟ ਮੋਗਾ ਵਿੱਚ ਹੋਇਆ ਸੀਗਾ। ਹਾਂਜੀ ਸਰ। ਇਹ ਕਿੰਨੇ ਦਾ ਪ੍ਰੋਜੈਕਟ ਜਿਹੜਾ ਇਹ ਤੁਹਾਡੇ ਪੈਸੇ ਲੱਗੇ ਹੈਗੇ ਆ, ਔਰ ਇਹ ਅੱਗੇ ਜਾ ਕੇ ਜੇ ਇਹ ਪ੍ਰੋਪਰ ਤਿਆਰ ਹੋ ਜਾਂਦਾ ਤਾਂ ਕਿੰਨੇ ਦਾ ਮਾਰਕੀਟ ਦੇ ਵਿੱਚ ਇਹ ਅਵੇਲੇਬਲ ਹੋ ਸਕਦਾ? ਇਹਦਾ ਫਿਲਹਾਲ ਪ੍ਰੋਟੋਟਾਈਪ ਹੈ, ਤਾਂ ਆਪਾਂ ਨੂੰ ਇੱਕ ਇੱਕ ਪਾਰਟ ਅਲੱਗ ਅਲੱਗ ਲੈਣਾ ਪਿਆ ਹੈਗਾ। ਜੇ ਆਪਾਂ ਬਲਕ ਵਿੱਚ ਲਵਾਂਗੇ ਆਪਾਂ ਨੂੰ ਸਸਤਾ ਪਏਗਾ, ਅਰਾਊਂਡ 400-500 ਪਏਗਾ, ਪਰ ਜੇ ਆਪਾਂ ਇਹਨੂੰ ਮਾਰਕੀਟ ਸੈੱਲ ਕਰਾਂਗੇ ਆਪਾਂ 700 ਦੇ ਅਰਾਊਂਡ ਇਹਨੂੰ ਵੇਚ ਸਕਦੇ ਹਾਂ ਜੀ। ਤਾਂ ਅੱਗੇ ਤੁਸੀਂ ਇਸ ਪ੍ਰੋਜੈਕਟ ਨੂੰ ਹੋਰ ਕਿੰਨਾ ਲੈ ਕੇ ਜਾਓਗੇ, ਇਸ ਦੇ ਵਿੱਚ ਹੋਰ ਅੱਗੇ ਕੀ ਕਰੋ? ਹੁਣ ਜਿਵੇਂ ਕਿ ਇਹਦੇ ਵਿੱਚ ਅਸੀਂ ਵਾਈਫਾਈ ਮੋਡਿਊਲ ਯੂਜ਼ ਕੀਤਾ ਹੈ, ESP8266, ਇਹਦੀ ਥਾਂ ਮੰਨ ਲਓ ਇਹਨੂੰ ਕਦੇ ਵਾਈਫਾਈ ਨਹੀਂ ਮਿਲਦਾ ਕਿਉਂਕਿ ਇਹਦਾ ਵਾਈਫਾਈ ਨਾਲ ਕਨੈਕਟ ਹੋਣਾ ਜ਼ਰੂਰੀ ਹੈ, ਅਤੇ ਆਪਾਂ ਇੱਕ ਈਸਿਮ ਵਾਲਾ ਸਿਸਟਮ ਕਰ ਲਈ, ਮੇਰੀ ਜਿਹੜੀ ਹਾਰਟ ਐਕਚੁਅਲ ਜਿਹੜੀ ਹਾਰਟ ਸਿਮ ਹੈ ਉਹ ਮੇਰੇ ਫੋਨ 'ਚ ਹੀ ਹੋਏਗੀ, ਪਰ ਇੱਥੇ ਇਹ ਈਸਿਮ 'ਤੇ ਵੀ ਚੱਲੇਗਾ। ਮੰਨ ਲਓ ਮੇਰੇ ਫੋਨ 'ਚ ਰਿਚਾਰਜ ਕਰਵਾ ਲਿਆ, ਅਤੇ ਉਹੀ ਰਿਚਾਰਜ ਇਹ 'ਚ ਵੀ ਹੋ ਜਾਇਆ ਕਰੇਗਾ, ਅਤੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਨੈਟਵਰਕ ਕਨੈਕਸ਼ਨ ਦੀ, ਵਾਈਫਾਈ ਦੀ, ਅਤੇ ਆਪਣੇ ਆਪ ਸਾਨੂੰ ਨੈਟਵਰਕ ਕਨੈਕਸ਼ਨ ਨਾਲ ਆਪਣਾ ਮੈਸੇਜ ਆ ਜਾਇਆ ਕਰੇਗਾ ਫਿਊਲ ਚੋਰੀ ਹੋ ਰਿਹਾ, ਕਿੰਨਾ ਫਿਊਲ ਪੈ ਰਿਹਾ। ਲੋਕਾਂ ਦੇ ਵਾਸਤੇ ਕਿੰਨਾ ਕੁ ਵਧੀਆ ਪ੍ਰੋਜੈਕਟ ਹੈਗਾ? ਲੋਕਾਂ ਵਾਸਤੇ ਹੁਣ ਦੇਖੋ ਤੇਲ ਦੇ ਤੁਹਾਨੂੰ ਪਤਾ ਹੀ ਇਹ ਦਾਮ ਵਧੀ ਜਾਂਦੇ ਨੇ, ਤਾਂ ਉਹਨੂੰ ਦੇਖਦੇ ਦੇਖਦੇ ਹੁਣ ਲੋਕਾਂ ਨੂੰ ਵੀ ਹੈਗਾ ਵੀ ਤੇਲ ਪੈ ਰਿਹਾ, ਅਤੇ ਮੈਨੂੰ ਆਪਣਾ ਸਹੀ ਇੱਕ ਟਰਸਟ ਹੁੰਦਾ ਕਿ ਹਾਂ ਇਸ ਬੰਦਾ ਇੰਨਾ ਪਾ ਰਿਹਾ, ਆਪਾਂ ਨੂੰ ਟਰਸਟ ਹੈ। ਪਰ ਟਰਸਟ ਟੁੱਟਦਾ ਵੀ ਆਪਣੇ ਫਾਈਨੈਂਸ਼ੀਅਲ ਇਸ਼ੂਜ਼ ਚੱਲਦੇ ਹੁੰਦੇ ਨੇ ਕਦੇ, ਅਤੇ ਉਹ ਤੋਂ ਆਪਣਾ ਤੇਲ ਬੰਦਾ ਘੱਟ ਚੋਰੀ ਹੋ ਜਾਂਦਾ, ਅਤੇ ਉਹ ਤੋਂ ਜ਼ਿਆਦਾ ਆਪਣਾ ਨੁਕਸਾਨ ਹੁੰਦਾ ਫਾਈਨੈਂਸ਼ੀਅਲ। ਕਿਹੜੀ ਕਲਾਸ ਦੇ ਵਿੱਚ ਤੁਸੀਂ ਪੜ੍ਹਦੇ ਹੈਗੇ ਔਰ ਕਿੰਨੀ ਉਮਰ ਹੈਗੀ? ਮੈਂ ਸਰ 10ਵੀਂ 'ਚ ਪੜ੍ਹਦਾ ਹਾਂ, ਅਤੇ ਮੇਰੇ 16 ਸਾਲ ਦੀ ਉਮਰ ਹੈ ਜੀ। ਅੱਗੇ ਜਾ ਕੇ ਤੁਸੀਂ ਕੀ ਬਣਨਾ ਚਾਹੁੰਦੇ ਹੋ? ਮੈਂ ਅੱਗੇ ਜਾ ਕੇ ਸੋਚਿਆ ਕਿ ਸੋਫਟਵੇਅਰ ਇੰਜੀਨੀਅਰਿੰਗ ਕਰਨੀ ਹੈ। ਕੀ ਨਾਮ ਹੈ ਤੁਹਾਡਾ ਪੂਰਾ? ਹਰਕੀਰਤ ਸਿੰਘ ਜੀ। ਮੇਰਾ ਨਾਮ ਉਮੇਸ਼ ਕੁਮਾਰ ਬਜਾਜ ਹੈ, ਅਤੇ ਮੈਂ ਦਾਸਨ ਬਰਾਊਨ ਸਕੂਲ 'ਚ ਅਟਲ ਟਿੰਕਰਿੰਗ ਲੈਬ ਦਾ ਮੈਂਟੋਰ ਹਾਂ, ਔਰ ਅਸੀਂ ਇਹ ਜੋ ਪ੍ਰੋਜੈਕਟ ਹੈ ਇਹ ਵਹੀਕਲ ਫਿਊਲ ਥੈਫ ਡਿਟੈਕਸ਼ਨ ਸਿਸਟਮ, ਜੋ ਕਿ ਦੋ ਮੇਨ ਸਮੱਸਿਆਵਾਂ ਨੂੰ ਹੱਲ ਕਰਦਾ ਹੈ। ਪਹਿਲੀ ਸਮੱਸਿਆ ਹੈ ਜਦੋਂ ਸ਼ਾਰਟ ਫਿਊਲਿੰਗ ਹੁੰਦੀ ਹੈ, ਮੀਨਸ ਕਿ ਫਿਊਲ ਘੱਟ ਪਾਇਆ ਜਾਂਦਾ ਹੈ, ਅਤੇ ਦੂਸਰਾ ਜੇਕਰ ਫਿਊਲ ਬਾਈਕ 'ਚੋਂ ਚੋਰੀ ਹੋ ਰਿਹਾ ਜਾਂ ਟੂ ਵੀਲਰ 'ਚੋਂ ਫਿਊਲ ਜੋ ਹੈ ਚੋਰੀ ਹੋ ਰਿਹਾ, ਅਤੇ ਉਹਦੇ ਲਈ ਆਪਾਂ ਇਹਨੂੰ ਬਚਾ ਸਕਦੇ ਹਾਂ। ਅਤੇ ਇਹ ਪ੍ਰੋਜੈਕਟ ਇੰਸਪਾਇਰ ਮਾਨਕ ਦੇ ਲਈ ਸਿਲੈਕਟ ਹੋਇਆ, ਇੰਸਪਾਇਰ ਮਾਨਕ ਅਵਾਰਡ ਨੈਸ਼ਨਲ ਲੈਵਲ ਐਗਜੀਬਿਸ਼ਨ ਦੇ ਲਈ ਸਿਲੈਕਟ ਹੋਇਆ, ਜਿੱਥੋਂ ਕਿ ਜੇ ਬੱਚਾ ਸਿਲੈਕਟ ਹੋ ਕੇ ਅਗਲੇ ਲੈਵਲ 'ਤੇ ਜਾਂਦਾ ਹੈ ਤਾਂ ਉਹਨੂੰ ਇੰਟਰਨੈਸ਼ਨਲ ਜਾਪਾਨ ਜਾਣ ਦਾ ਮੌਕਾ ਮਿਲੇਗਾ, ਔਰ ਇੱਕ ਆਪਣੇ ਸ਼ਹਿਰ ਦੇ ਲਈ, ਦੇਸ਼ ਦੇ ਲਈ ਇੱਕ ਅੱਛੀ ਗੱਲ ਹੈ। ਪੰਜਾਬ ਦੇ ਵਿੱਚ ਕਿੰਨੀ ਥਾਵਾਂ ਤੋਂ ਜਿਹੜੇ ਪ੍ਰੋਜੈਕਟ ਹੈ ਉਹ ਸਿਲੈਕਟ ਹੋਏ ਹੈ? ਪੰਜਾਬ ਦੇ ਟੋਟਲ 5 ਪ੍ਰੋਜੈਕਟ ਸਿਲੈਕਟ ਹੋਏ ਹੈ, ਜਿਹਦੇ ਵਿੱਚ ਇੱਕ ਮੋਗਾ ਤੋਂ ਹੈ, ਇੱਕ ਲੁਧਿਆਣਾ ਤੋਂ ਹੈ, ਪਟਿਆਲਾ ਤੋਂ ਹੈ, ਜਲੰਧਰ ਤੋਂ ਹੈ, ਅਤੇ ਫਿਰੋਜ਼ਪੁਰ ਤੋਂ ਹੈ। ਇਹ ਪ੍ਰੋਜੈਕਟ ਨੂੰ ਤੁਸੀਂ ਉੱਥੇ ਲੈ ਕੇ ਜਾਓਗੇ, ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਊਗਾ ਇਸ ਪ੍ਰੋਜੈਕਟ ਦਾ? ਕੀ ਇਹ ਪਹਿਲੇ ਵੀ ਐਵੇਂ ਦਾ ਕੋਈ ਪ੍ਰੋਜੈਕਟ ਹੈਗਾ?
ਜੀ ਅਸੀਂ ਇਹਦੇ ਬਾਰੇ ਰਿਸਰਚ ਕੀਤੀ ਜਦੋਂ ਇਹ ਪ੍ਰੋਜੈਕਟ ਸਟਾਰਟ ਕੀਤਾ ਸੀ ਇਹਦੇ ਬਾਰੇ ਰਿਸਰਚ ਕੀਤਾ ਗਿਆ ਕਿ ਐਸਾ ਕੋਈ ਪ੍ਰੋਜੈਕਟ ਮਾਰਕੀਟ ਵਿੱਚ ਹੈ ਬਲਕਿ ਆਪਾਂ ਨੂੰ ਇਹੋ ਜਿਹੀ ਕੋਈ ਚੀਜ਼ ਹੀ ਨਹੀਂ ਮਿਲੀ ਅਸੀਂ ਇਹ ਵੀ ਟਰਾਈ ਕੀਤਾ ਕਿ ਅਸੀਂ ਅਗਰ ਮਾਰਕੀਟ ਦੇ ਵਿੱਚ ਅਵੇਲੇਬਲ ਹੋਇਆ ਉਹਨੂੰ ਯੂਜ਼ ਕਰਕੇ ਵੀ ਦੇਖਾਂਗੇ ਪਰ ਇੱਦਾਂ ਦਾ ਕੋਈ ਪ੍ਰੋਡਕਟ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਸੀਗਾ ਫਿਰ ਅਸੀਂ ਇਹਨੂੰ ਬਣਾਉਣਾ ਸ਼ੁਰੂ ਕੀਤਾ ਜਿਵੇਂ ਕਿ ਅਸੀਂ ਗੱਲ ਕੀਤੀ ਸਭ ਤੋਂ ਪਹਿਲਾਂ ਜੋ ਸਾਡਾ ਆਈਡੀਆ ਸੀ ਉਹ ਸਿਰਫ ਸ਼ਾਰਟ ਫਿਊਲਿੰਗ ਦੇ ਲਈ ਸੀਗਾ ਫਿਰ ਜਿਵੇਂ ਜਿਵੇਂ ਦਿਮਾਗ ਦੇ ਵਿੱਚ ਆਇਆ ਸ਼ਾਰਟ ਫਿਊਲਿੰਗ ਤੋਂ ਬਾਅਦ 'ਚੋਂ ਜਦੋਂ ਇਹ ਸ਼ਾਰਟ ਫਿਊਲਿੰਗ ਵਾਲਾ ਪ੍ਰੋਜੈਕਟ ਤਿਆਰ ਹੋਇਆ ਉਸ ਤੋਂ ਬਾਅਦ 'ਚੋਂ ਅਸੀਂ ਉਹਦੇ 'ਤੇ ਫਿਊਲ ਚੋਰੀ ਹੋਣ ਦੇ ਉੱਤੇ ਕੰਮ ਕੀਤਾ ਇਸ ਤਰ੍ਹਾਂ ਮਤਲਬ ਹਜੇ ਹੋਰ ਦਿਮਾਗ ਦੇ ਵਿੱਚ ਕਾਫੀ ਨਿਊ ਨਿਊ ਚੀਜ਼ਾਂ ਆ ਰਹੀਆਂ ਨੇ ਔਰ ਇਹ ਪ੍ਰੋਜੈਕਟ ਇੱਦਾਂ ਹੀ ਗਰੋ ਵੱਲ ਚੱਲਦਾ ਰਹੇਗਾ ਹਰਕੀਰਤ ਦੇ ਮਨ ਦੇ ਵਿੱਚ ਜਦੋਂ ਇਹ ਆਈਡੀਆ ਆਇਆ ਤਾਂ ਫਿਰ ਤੁਸੀਂ ਉਹਨੂੰ ਪੂਰਾ ਡਿਵੈਲਪ ਕੀਤਾ ਫਿਰ ਇਹ ਪ੍ਰੋਜੈਕਟ ਬਣਾਉਣ ਤੇ ਕਿੰਨਾ ਟਾਈਮ ਲੱਗਾ ਇਹ ਅਪਰੋਕਸੀਮੇਟਲੀ ਅਸੀਂ ਪਿਛਲੇ 1 ਸਾਲ ਤੋਂ ਇਹਦੇ ਉੱਤੇ ਕੰਮ ਕਰ ਰਹੇ ਹਾਂ ਜਦੋਂ ਹਰਕੀਰਤ ਦੇ ਦਿਮਾਗ ਦੇ ਵਿੱਚ ਆਈਡੀਆ ਆਇਆ ਅਸੀਂ ਉਹਨੂੰ ਇੱਕ ਲੇਆਊਟ ਇਹਦੇ ਬਾਰੇ ਰਿਸਰਚ ਤਿਆਰ ਕੀਤੀ ਇੱਕ ਡਰਾਫਟ ਕੀਤਾ ਡਾਕੂਮੈਂਟ ਫਿਰ ਉਨੀ ਦੇਰ ਤੱਕ ਇਹ ਪ੍ਰੋਜੈਕਟ ਸਿਲੈਕਟ ਹੋ ਚੁੱਕਾ ਸੀਗਾ ਅਤੇ ਜਦੋਂ ਸਾਡਾ ਡਰਾਫਟ ਹੋ ਚੁੱਕਾ ਸੀ ਸਾਰੇ ਡਾਕੂਮੈਂਟਸ ਫਿਰ ਇਹਨੂੰ 10,000 ਰੁਪਏ ਦੀ ਗ੍ਰਾਂਟ ਆਈ ਫਿਰ ਉਹ ਜਦੋਂ ਦੋ ਚੀਜ਼ਾਂ ਰਲ ਗਈਆਂ ਗ੍ਰਾਂਟ ਵੀ ਆ ਗਈ ਡਾਕੂਮੈਂਟ ਵੀ ਬਣ ਚੁੱਕਾ ਹੈ ਫਿਰ ਅਸੀਂ ਇਹਦਾ ਹਾਰਡਵੇਅਰ ਤਿਆਰ ਕਰਨਾ ਸ਼ੁਰੂ ਕੀਤਾ ਅਤੇ ਹਾਰਡਵੇਅਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੈਂਕੀ ਔਰ ਇਹਦੇ ਸਾਰੇ ਨੋਡ MCU ਮੋਡਿਊਲ ਬਲੂਟੂਥ ਮੋਡਿਊਲ ਔਰ ਵਾਇਰਸ ਵਗੈਰਾ ਸਭ ਇਹਨੂੰ ਕਨੈਕਟ ਕਰਕੇ ਵਾਟਰ ਫਲੋ ਸੈਂਸਰ ਕਈ ਅਲੱਗ ਅਲੱਗ ਤਰੀਕੇ ਦੇ ਹੁਣ ਕਈ ਅਸੀਂ ਨੋਡ MCU ਇਹਦੇ 'ਚ ਖਰਾਬ ਵੀ ਹੋਏ ਨੇ ਪਰ ਜਿਵੇਂ ਜਿਵੇਂ ਅੱਗੇ ਵੱਧਦੇ ਗਏ ਉਹ ਇੱਕ ਸਕਸੈਸ ਮਿਲਦੀ ਗਈ ਇਹਦੇ ਵਿੱਚ ਹੁਣ ਇਹ ਪ੍ਰੋਜੈਕਟ ਨੂੰ ਅੱਗੇ ਤੁਸੀਂ ਕਿੱਥੋਂ ਤੱਕ ਲੈ ਕੇ ਜਾਓਗੇ ਔਰ ਇਸ ਨੂੰ ਪੇਟੈਂਟ ਕਰਵਾਇਆ ਹੈਗਾ ਹਲੇ ਤੱਕ ਇਹਦਾ ਜੋ ਸਕੂਲ ਨੇ ਇਹਦਾ ਪੇਟੈਂਟ ਪ੍ਰੋਸੈਸ ਸਟਾਰਟ ਕਰਵਾਇਆ ਹੈ ਉਹਦਾ ਇੱਕ ਡਾਕੂਮੈਂਟ ਡਰਾਫਟ ਕਰਵਾਇਆ ਹੈ ਲੇਕਿਨ ਹਜੇ ਇਹ ਪੇਟੈਂਟ ਨਹੀਂ ਹੋਇਆ ਇਹ ਪੇਟੈਂਟ ਅੰਡਰ ਪ੍ਰੋਸੈਸ ਹੈ ਪੇਟੈਂਟ ਮਿਲਣ 'ਤੇ ਥੋੜ੍ਹਾ ਟਾਈਮ ਲੱਗਦਾ ਹੁੰਦਾ ਅਸੀਂ ਉਮੀਦ ਕਰਦੇ ਹਾਂ ਕਿ ਇਹ ਨੈਸ਼ਨਲ ਲੈਵਲ ਨੂੰ ਕੁਆਲੀਫਾਈ ਕਰਕੇ ਇੰਟਰਨੈਸ਼ਨਲ 'ਚ ਸਿਲੈਕਟ ਹੋ ਜਾਏਗਾ ਅਗਰ ਇਹ ਇੰਟਰਨੈਸ਼ਨਲ 'ਚ ਸਿਲੈਕਟ ਹੋ ਜਾਂਦਾ ਫਿਰ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਮੀਨਸ ਗੌਰਮੈਂਟ ਉਹ ਸਾਰਾ ਇਹਦਾ ਖਰਚਾ ਵੀ ਉਠਾ ਲਏਗੀ ਔਰ ਉਹ ਰਿਸਪੋਂਸੀਬਿਲਿਟੀ ਲੈ ਲੈਂਦੇ ਇਹਨੂੰ ਬੱਚੇ ਦੇ ਨਾਮ 'ਤੇ ਪੇਟੈਂਟ ਕਰਵਾਉਣ ਦਾ ਇੱਕ ਬੜਾ ਵੱਡਾ ਫਾਇਦਾ ਲੋਕਾਂ ਨੂੰ ਜਿਹੜਾ ਇਸ ਚੀਜ਼ ਦਾ ਮਿਲੂਗਾ ਇੱਕ ਬਹੁਤ ਅੱਛਾ ਫਾਇਦਾ ਇਹੀ ਹੈ ਕਿ ਹਰ ਇੱਕ ਨੂੰ ਆਪਦੀ ਜੇਬ ਪਿਆਰੀ ਹੁੰਦੀ ਹੈ ਜਦੋਂ ਜੇਬ 'ਚੋਂ ਪੈਸੇ ਫਾਲਤੂ ਜਾਂਦੇ ਨੇ ਤਾਂ ਉਹਦਾ ਨੁਕਸਾਨ ਹੁੰਦਾ ਹੈ ਅਗਰ ਸ਼ਾਰਟ ਫਿਊਲਿੰਗ ਰੁਕ ਗਈ ਤਾਂ ਇਹਦਾ ਮਤਲਬ ਕਿ ਆਪਣੇ ਬਹੁਤ ਸਾਰੇ ਪੈਸੇ ਆਪਣੇ ਬਹੁਤ ਲੋਕਾਂ ਦੇ ਸਭ ਲੋਕਾਂ ਦੇ ਪੈਸੇ ਬਚ ਜਾਣਗੇ ਪੈਟਰੋਲ ਚੋਰੀ ਕਰਨ ਦੇ ਲਈ ਜੋ ਪੈਟਰੋਲ ਚੋਰੀ ਕਰਕੇ ਹੁਣ ਕਈ ਲੋਕਾਂ ਨੇ ਆਪਣਾ ਮਜ਼ਾਕ ਹੀ ਬਣਾ ਰੱਖਿਆ ਉਹ ਬਾਈਕ 'ਚੋਂ ਤੇਲ ਚੋਰੀ ਕੀਤਾ ਔਰ ਆਪਣੀ ਬੋਟਲ 'ਚ ਭਰ ਕੇ ਔਰ ਘੁੰਮਣ ਫਿਰਨ ਚਲੇ ਗਏ ਉਹਦੇ ਲਈ ਵੀ ਕਿੰਨੇ ਲੋਕਾਂ ਨੂੰ ਰਾਹਤ ਮਿਲੇਗੀ ਕਿ ਬਈ ਪੈਟਰੋਲ ਹੁਣ ਚੋਰੀ ਨਹੀਂ ਹੋ ਰਿਹਾ ਅਗਰ ਆਪਾਂ ਨੂੰ ਚੋਰੀ ਹੁੰਦੇ ਹੋਏ ਆਪਾਂ ਨੂੰ ਉਸੇ ਵੇਲੇ ਪਤਾ ਲੱਗਦਾ ਵੀ ਕੁਡ ਸੇਵ ਇਟ ਕੀ ਨਾਮ ਹੈ ਤੁਹਾਡਾ ਪੂਰਾ ਮੇਰਾ ਨਾਮ ਉਮੇਸ਼ ਕੁਮਾਰ ਬਜਾਜ ਹੈ